ਸਸਿਕਾਰ ਸਾਰਿਆਂ ਨੂੰ ਹੈਲੋ ਕਿਊਟੀਜ਼ ਵੈਲਕਮ ਬੈਕ ਟੂ ਆਰ ਚੈਨਲ ਸੋ ਤੁਹਾਡੇ ਪ੍ਰੋਮਿਸ ਦੇ ਅਕੋਰਡਿੰਗ ਮੈਂ ਮੇਕਅਪ ਵੀਡੀਓਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹਾਂ ਸੋ ਅੱਜ ਮੈਂ ਇੱਕ ਹੋਰ ਮੇਕਅਪ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਅੱਜ ਆਪਾਂ ਮੇਕਅਪ ਕਰਨਾ ਸਿੱਖਾਂਗੇ ਸਿਰਫ ਇੱਕ ਯੈਸ ਇੱਕ ਪ੍ਰੋਡਕਟ ਨਾਲ ਆਈ ਮੀਨ ਜੇ ਤੁਹਾਡੇ ਕੋਲ ਕੋਈ ਪ੍ਰੋਡਕਟ ਨਹੀਂ ਹੈ ਤੁਹਾਡੇ ਕੋਲ ਕੰਟੂਰ ਤੁਹਾਡੇ ਕੋਲ ਬਲੱਸ਼ ਜਾਂ ਆਈ ਸ਼ੈਡੋ ਪੈਲਟ ਨਹੀਂ ਹੈ ਸੋ ਤੁਸੀਂ ਸਿਰਫ ਲਿਪਸਟਿਕ ਨਾਲ ਇੱਕ ਜਾਂ ਇੱਕ ਤੋਂ ਜ਼ਿਆਦਾ ਲਿਪਸਟਿਕ ਨਾਲ ਤੁਸੀਂ ਆਪਣਾ ਮੇਕਅਪ ਕਰ ਸਕਦੇ ਹੋ ਸੋ ਅੱਜ ਮੈਂ ਜਿਹੜੀ ਲੁੱਕ ਕ੍ਰੀਏਟ ਕੀਤੀ ਹੈ ਸਬਟਲ ਸੋਬਰ ਲੁੱਕ ਕ੍ਰੀਏਟ ਕੀਤੀ ਹੈ ਸੋ ਇਹਨੂੰ ਤੁਸੀਂ ਪਾਰਟੀਜ਼ 'ਤੇ ਵੀ ਕਰਕੇ ਜਾ ਸਕਦੇ ਹੋ ਐਂਡ ਕਾਲਜ ਗੋਇੰਗ ਅਤੇ ਆਫਿਸ ਗੋਇੰਗ ਗਰਲਸ ਵਾਸਤੇ ਇਹ ਕੋਮਨਲੀ ਹੈਗੀ ਆ ਸੋ ਅੱਜ ਆਪਾਂ ਸਿਰਫ ਲਿਪਸਟਿਕ ਆਈ ਮੀਨ ਬੇਸ ਤਾਂ ਤੁਸੀਂ ਆਟੋਮੈਟਿਕਲੀ ਜਿੱਦਾਂ ਤੁਸੀਂ ਕ੍ਰੀਏਟ ਕਰਦੇ ਹੋ ਉੱਦਾਂ ਤੁਸੀਂ ਫਾਊਂਡੇਸ਼ਨ ਜਾਂ BBCC ਜੋ ਵੀ ਤੁਸੀਂ ਲੈਂਦੇ ਹੋ ਕਰੀਮ ਉਹ ਯੂਜ਼ ਕਰਕੇ ਤੁਸੀਂ ਆਪਣਾ ਬੇਸ ਕ੍ਰੀਏਟ ਕਰੋਗੇ ਬਾਕੀ ਤੁਹਾਨੂੰ ਕੰਟੋਰ ਤੁਹਾਨੂੰ ਬਲੱਸ਼ ਆਈ ਸ਼ੈਡੋ ਐਕਸਟਰਾ ਲੈਣ ਦੀ ਲੋੜ ਨਹੀਂ ਆ ਆਈ ਮੀਨ ਜੇ ਤੁਹਾਡੇ ਕੋਲ ਨਹੀਂ ਹੈ ਸੋ ਚਲੋ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸਿੱਖਦੇ ਹਾਂ ਸਿੰਪਲ ਸੋਬਰ ਲੁੱਕ ਬਾਏ ਜਸਟ ਯੂਜ਼ਿੰਗ ਲਿਪਸਟਿਕ ਯੈਸ ਲਿਪਸਟਿਕ ਸੋ ਇੱਥੇ ਦੋ ਜਾਂ ਦੋ ਤੋਂ ਵੱਧ ਲਿਪਸਟਿਕ ਆਪਾਂ ਲਵਾਂਗੇ ਪਹਿਲਾਂ ਮੈਂ ਲਈ ਹੈਗੀ ਆ ਲੈਕਮੇ ਦੀ 9 to 5 ਕਲੈਕਸ਼ਨ ਦੀ ਐਂਡ ਸੈਕਿੰਡ ਵਨ ਇਜ਼ ਫਰੋਮ ਮੇਬਲਿਨ ਅਤੇ ਇਹ ਹੈਗੀ ਹੈ ਰੈੱਡ ਸ਼ੇਡ 'ਚ ਇਹਨੂੰ ਆਪਾਂ ਐਜ਼ ਬਲੱਸ਼ ਯੂਜ਼ ਕਰਾਂਗੇ ਅਤੇ ਬਰਾਊਨ ਸ਼ੇਡ 'ਚ ਜਿਹੜੀ ਹੈਗੀ ਉਹਨੂੰ ਐਜ਼ ਕੰਟੋਰ ਮੈਂ ਯੂਜ਼ ਕਰਾਂਗੀ ਸੋ ਸਭ ਤੋਂ ਪਹਿਲਾਂ ਕੰਟੋਰ ਕਰਾਂਗੇ ਆਪਣੀ ਚੀਕ ਬੋਨ 'ਤੇ ਨੋਜ਼ 'ਤੇ ਬਰਾਊਨ ਸ਼ੇਡ 'ਚ ਤੁਸੀਂ ਕੋਈ ਵੀ ਲਿਪਸਟਿਕ ਲੈ ਸਕਦੇ ਹੋ ਉਹਨੂੰ ਇਸ ਤਰੀਕੇ ਨਾਲ ਜਿੱਦਾਂ ਆਪਾਂ ਕੰਟੋਰ ਕਰਦੇ ਹਾਂ ਅਪਲਾਈ ਕਰਨਾ ਆ ਸੋ ਲੁੱਕ ਦੇ ਅਕੋਰਡਿੰਗ ਕਰੋਗੇ ਹਜੇ ਮੈਂ ਬਿਲਕੁਲ ਲਾਈਟ ਮੇਕਅਪ ਲੁੱਕ ਕ੍ਰੀਏਟ ਕੀਤੀ ਹੈ ਸੋ ਤੁਸੀਂ ਉਹਦੇ ਹਿਸਾਬ ਨਾਲ ਲਾਈਟ ਲਾਓਗੇ ਨੋਜ਼ 'ਤੇ ਕੇਅਰਫੁਲੀ ਜਿੱਦਾਂ ਆਪਾਂ ਕੰਟੋਰ ਨਾਲ ਕਰਦੇ ਹਾਂ ਕੰਟੋਰਿੰਗ ਉੱਦਾਂ ਅਪਲਾਈ ਕਰਾਂਗੇ ਪ੍ਰੋਪਰ ਬ੍ਰਿਜ ਕ੍ਰੀਏਟ ਕਰਾਂਗੇ ਮੈਨੂੰ ਨੋਜ਼ ਕੰਟੋਰ ਦੀ ਲੋੜ ਪੈਂਦੀ ਹੈ ਅਗੇਨ ਕਿਸੇ ਨੇ ਡਰਨਾ ਨਹੀਂ ਮੱਥੇ 'ਤੇ ਆਪਾਂ ਕੰਟੋਰ ਨਹੀਂ ਕਰਾਂਗੇ ਉਹ ਮੈਂ ਅੱਗੇ ਦੱਸਾਂਗੀ ਸੋ ਬ੍ਰੱਸ਼ ਨਾਲ ਨਹੀਂ ਕਰਕੇ ਆਪਾਂ ਸਪੰਜ ਨਾਲ ਯੂਜ਼ ਮੇਕਅਪ ਜੋ ਸਪੰਜ ਹੈਗੀ ਆ ਉਹਦੇ ਨਾਲ ਬਲੈਂਡ ਕਰਾਂਗੇ ਇਹਨੂੰ ਅਤੇ ਅਪਵਰਡਸ ਕਰਨਾ ਆ ਡੈਬ ਡੈਬ ਅਗੇਨ ਕਰਨਾ ਆ ਇਹਨੂੰ ਲਾਈਟ ਹੈਂਡ ਨਾਲ ਸਮਾਈਲ ਨਹੀਂ ਕਰਨਾ ਤੁਸੀਂ ਇਸ ਤਰੀਕੇ ਨਾਲ ਪਾਊਡ ਬਣਾ ਕੇ ਇਨਹੈਂਸ ਕਰਨਾ ਆਪਣੇ ਫੇਸ ਨੂੰ ਹੋਰ ਸੋ ਤੁਹਾਡਾ ਫੇਸ ਕੱਟ ਵਧੀਆ ਤਰੀਕੇ ਨਾਲ ਆ ਜਾਏ ਤਾਂ ਕਰਕੇ ਆਪਾਂ ਇੱਥੇ ਅਪਲਾਈ ਕਰਦੇ ਹਾਂ ਜਿਨ੍ਹਾਂ ਦਾ ਚੱਬੀ ਫੇਸ ਆ ਮੇਰੇ ਵਾਂਗੂ ਉਹ ਬਿਲਕੁਲ ਵੀ ਇਹ ਸਟੈਪ ਸਕਿਪ ਨਾ ਕਰਨ ਸੋ ਹੁਣ ਆਪਾਂ ਦੇਖ ਰਹੇ ਹਾਂ ਲਾਈਟਲੀ ਅਪਲਾਈ ਹੋ ਗਿਆ ਜੇ ਲੋੜ ਹੈ ਆਪਾਂ ਹੋਰ ਅਪਲਾਈ ਕਰ ਸਕਦੇ ਹਾਂ ਅਗੇਨ ਜਿੱਥੇ ਜਿੱਥੇ ਆਪਾਂ ਲਿਪਸਟਿਕ ਐਜ਼ ਕੰਟੂਰ ਅਪਲਾਈ ਕੀਤੀ ਆ ਉਹਨੂੰ ਆਪਾਂ ਬਲੈਂਡ ਕਰਾਂਗੇ ਹੇਅਰ ਬਹੁਤ ਤੰਗ ਕਰਦੇ ਆ ਸੋ ਡਿਫਰੈਂਸ ਦੇਖੋ ਮੇਰਾ ਪਹਿਲਾਂ ਨਾਲੋਂ ਹੁਣ ਨੋਜ਼ 'ਤੇ ਆਪਾਂ ਕੰਟੂਰ ਕਰਾਂਗੇ ਬਲੈਂਡ ਕਰੋ ਇਹਨੂੰ ਵਧੀਆ ਤਰੀਕੇ ਨਾਲ ਐਡਜ ਸਾਈਡ ਆਪਾਂ ਮੇਕਅਪ ਸਪੌਂਜ ਦੀ ਯੂਜ਼ ਕਰ ਸਕਦੇ ਹਾਂ ਇਹਨੂੰ ਬਲੈਂਡ ਕਰਨ ਵਾਸਤੇ ਬਹੁਤ ਲਾਈਟ ਹੱਥਾਂ ਨਾਲ ਇਹਨੂੰ ਡੈਬ ਡੈਬ ਕਰਕੇ ਬਲੈਂਡ ਕਰਨਾ ਆ ਸੋ ਜੇ ਤੁਹਾਨੂੰ ਲੋੜ ਪੈਂਦੀ ਹੈ ਤੁਸੀਂ ਦੁਬਾਰਾ ਨੋਜ਼ ਨੂੰ ਸ਼ੇਪ ਦੇ ਸਕਦੇ ਹੋ ਹੁਣ ਆਪਾਂ ਐਜ਼ ਆਈ ਸ਼ੈਡੋ ਇਹਨੂੰ ਯੂਜ਼ ਕਰਾਂਗੇ ਸੋ ਲਾਈਟ ਮੇਕਅਪ ਲੁੱਕ ਆ ਸੋ ਮੈਂ ਬਰਾਊਨ ਸ਼ੇਡ ਆਪਣੀ ਆਈਸ 'ਤੇ ਅਪਲਾਈ ਕਰੂੰਗੀ ਬਹੁਤ ਲਾਈਟਲੀ ਮੈਂ ਬੇਸ ਵੀ ਬਹੁਤ ਲਾਈਟ ਅਪਲਾਈ ਕੀਤਾ ਆ ਸੋ ਇਸ ਕਰਕੇ ਮੈਂ ਮੇਕਅਪ ਪ੍ਰੋਡਕਟ ਉਸ ਅਕੋਰਡਿੰਗ ਹੀ ਅਪਲਾਈ ਕਰ ਰਹੀ ਹਾਂ ਲਾਈਟ ਬੇਸ ਮੈਂ ਕ੍ਰੀਏਟ ਕੀਤਾ ਸੋ ਮੈਂ ਲਾਈਟਲੀ ਸਾਰੇ ਪ੍ਰੋਡਕਟ ਯੂਜ਼ ਕਰ ਰਹੀ ਹਾਂ ਤਾਂ ਕਿ ਕੁਛ ਓਵਰ ਨਾ ਲੱਗੇ ਫਿੰਗਰ ਨਾਲ ਵੀ ਤੁਸੀਂ ਆਪਣੇ ਪ੍ਰੋਡਕਟ ਨੂੰ ਬਲੈਂਡ ਕਰ ਸਕਦੇ ਹੋ
बहुत ईजी हो जाता है एंड वधिया तरीके नाल होर इनहैंस करने वास्ते तुसी अखां दे थल्ले भी अप्लाई करो। फिंगर्स नाल बहुत छेती ते ईजीली ब्लेंड हो जाता है। हुण चीक्स ते मैं ब्लश अप्लाई करूँगी, ये वास्ते मैं रेड कलर चूज़ किया है। तुसी पिंक भी यूज़ कर सकते हो अपनी ड्रेस के अकॉर्डिंग अगेन। सो ये मैं सनकिस्ड लुक क्रिएट करने वास्ते इस तरीके नाल चीक्स ते अप्लाई करूँगी, थोड़ा जिहा चिन ते मथे ते भी नोज ते। बिकॉज मैं सनकिस्ड लुक क्रिएट कर रही हूँ, हुण आपां इहनूं वधिया तरीके नाल ब्लेंड करांगे अगेन डैब डैब करके। क्रीमी टेक्सचर आ, सो तुसी स्माइल करके वधिया तरीके नाल इहनूं ब्लेंड करना आ। बहुत ईजीली लिपस्टिक ब्लेंड हो जानी आ, थोड़ी क्रीमी टेक्सचर हुंदा आ लिपस्टिक दा। सो एक चीज़ ध्यान रखियो, लिक्विड लिपस्टिक ना यूज़ करके मैं इत्थे जिहड़ी स्टिक वाली हुंदी आ उहनूं प्रैफर कीता आ, ताकि वह ईजली ब्लेंड हो जाए। सो जिते जिते आप अप्लाई की है वधिया तरीके ना उन्हों ब्लेंड करो। नोज़ ते थोड़ा ज़्यादा हो गया, उन्हों आप अगेन ब्लेंड करके स्किन दे विच मर्ज करन दी कोशिश करांगे। सो पिंकी पिंकी चीक्स, तुसी नोटिस कर रहे हो सोहनी जी लुक क्रिएट हो गई है। बेस मेरा ऑलमोस्ट डन है, हुण आईज दी बारी। सो इत्थे मैं मेबलिन दा जेल लाइनर यूज़ किया है। लाइनर मैं बहुत घट लाँदी हाँ, सो इनू आपां चंगे तरीके नाल अप्लाई करके स्मज करूँगी मैं। स्ट्रेट लाइन ना आवे तुसी टेंशन ना लियो, बिकॉज आपां स्मज करना आ, स्मोकी टाइप कुछ लुक नैचुरल लुक क्रिएट करनी है। इस करके तुसी फिंगर नाल ते ब्रश नाल भी स्मज कर सकते हो। सो इत्थे तुसी नोटिस करियो बहुत वधिया तरीके नाल स्मज हो गया। एंड वाटर लाइन ते भी मैं काजल अप्लाई करूँगी। सो इत्थे सोहना जिहा लुक। हुण लिपस्टिक अप्लाई करन दी बारी है, सो लिपस्टिक तुसी कोई भी या आपां सेम लिपस्टिक अप्लाई करांगे मैं, क्योंकि आपां इत्थे एक प्रोडक्ट ही यूज़ कर रहे हैं। सो वधिया तरीके नाल तुसी अपनी लिपस्टिक अप्लाई करो, कोशिश करया करो लिपस्टिक नूं अपनी ड्रेस नाल मैचिंग करके, वो होर ज़्यादा थोड़ी ब्यूटी नूं वधांदा आ एंड एक सोहना कॉम्बीनेशन बनता है। सो अगेन मैं इत्थे वधिया करन वास्ते लिप्स नूं अपनी रेड शेड दी लिपस्टिक भी मैं यूज़ कीती है। लिप्स ते शेप दा थोड़ा ध्यान रखना पैंदा आ, लिप्स ते शेप दा थोड़ा ध्यान रखना पैंदा आ, ये मेरी मिठी मुस्कान नूं होर ज़्यादा मिठा कर दी आ। तुसी चाहो ते लैशेस अप्लाई कर सकते हो एंड जे तुसी चाहो ते तुसी मस्कारा भी कर सकते हो अप्लाई। इत्थे मेरी लुक हो चुकी है बिल्कुल कंप्लीट, सोहनी जी सिंपल लुक। थैंक यू सो मच गाइस फॉर वॉचिंग, डू सब्सक्राइब।